taste of dirt as I hit the ground. You were there through it all. How far are you gonna go before you know what you should have known all along? Now at last I can fall into your ਸਾਬੀ ਇਹਦਾ ਨਾਂ ਕੀ ਹੈ ਇਸ ਜਗ੍ਹਾ ਦਾ? ਇਹ ਸਾਰਾ ਰੂਸੀ ਹੋਈ ਆ। ਬਾਈ ਬਾਜ਼ਾਰ ਆ ਇਹਨਾਂ ਦਾ ਆਪ ਹੈ। ਅੱਛਾ ਬਸ ਕੋਈ ਸਿਕਿਉਰਿਟੀ ਨਹੀਂ, ਕੋਈ ਕੁਛ ਨਹੀਂ ਅੰਦਰ ਅੰਦਰ ਹੁੰਦੀ ਸਿਕਿਉਰਿਟੀ ਸਾਰੀ ਨਹੀਂ ਓਦਾਂ ਰੈਗੂਲਰ ਇੱਥੇ ਚੱਲਦਾ ਸਾਰਾ ਕੁਛ ਇੱਥੇ ਆ ਕਿ ਓਦੇ ਬਣਾਤਾ ਬਸ ਹੁਣ ਦੇਖਣ ਵਾਸਤੇ ਮੇਨ ਇਹ ਵੀ ਹੈ ਤੇ ਬਲਾਈਂਡ ਵੀ ਹੈ। ਅੱਛਾ ਕਹਿੰਦੇ ਸੰਸਦ ਹੈ ਨਾ ਦੀ ਉਹ ਉੱਪਰ ਝੰਡਾ ਵੀ ਲੱਗਾ ਹੋਇਆ। ਸਹੀ ਹੈ ਯਾਰ ਆਪਣੇ ਤੇ ਸਿਕਿਉਰਿਟੀ ਬਹੁਤ ਹੁੰਦੀ ਹੈ। ਸਿਕਿਉਰਿਟੀ ਉਧਰਲੀ ਸਾਈਡ ਬਲਾਈ ਜਾਣਾ ਨਹੀਂ ਪਰ ਇੱਧਰ ਰਾਤ ਨੂੰ ਜਿੱਦਾਂ ਛੱਡਿਆ ਹੋਇਆ ਓਦਾਂ ਹੀ ਇਹ ਬੰਦੇ ਇੱਥੋਂ ਕਿਹੜੇ ਸੋਨੇ ਲੈ ਨੇ ਨਹੀਂ ਪਰ ਇੱਥੇ ਕਾਰਵਾਈ ਹੁੰਦੀ ਹੈ ਰੋਜ਼ ਹੋਰ ਵੀ ਜਗ੍ਹਾ ਹੈਗੀ। ਅੱਛਾ ਓਕੇ ਓਕੇ ਦੋ ਜਗ੍ਹਾ ਵਾ ਵਾ ਓਕੇ ਓਕੇ ਹਾਂ ਹਾਂ ਸਮਝ ਗਿਆ ਸਮਝ ਗਿਆ। ਉਹ ਨੇ ਤੂੰ ਕੀ ਕਹਿੰਦੇ ਵਾਰ ਫਿਲਮ ਦੀ ਸ਼ੂਟਿੰਗ ਹੋਈ? ਅੱਛਾ ਕਿੱਥੇ? ਆਹ ਗਲੀ ਚ ਕਹਿੰਦਾ ਵਾਰ ਫਿਲਮ ਦੀ ਸ਼ੂਟਿੰਗ ਹੋਈ ਰਿਤਿਕ ਵਾਲੀ। ਉਹ ਸਾਹਮਣੇ ਗੇਟ ਆ ਗਿਆ ਇਹ ਤਾਂ ਸਭ ਵੀ ਫਿਰ ਅਸੀਂ ਘੁੰਮ ਕੇ ਉੱਥੇ ਆ ਗਏ। ਉਧਰ ਗਏ ਸੀ ਆਪਾਂ ਨਾ। ਹਾਂ ਹਾਂ ਹੁਣ ਸਮਝ ਆ ਗਈ। ਬੀਫ ਐਂਡ ਵਾਈਫ ਅੱਛਾ ਵਾ ਰਿਬ ਇਹ ਵਾ ਪੱਕੀ ਗੱਲ ਹੈ ਸ਼ੋਰ ਨਹੀਂ ਹੈਗਾ ਭਾਈ। ਅੱਛਾ ਆਹ ਗਲੀ 'ਚ ਵਾਰ ਫਿਲਮ ਦੀ ਸ਼ੂਟਿੰਗ ਹੋਈ ਯਾਰ ਕਿੰਨਾ ਇਹਨਾਂ ਨੇ ਰੋਕਿਆ ਹੋਣਾ ਨਾ ਸਾਰਾ ਕੁਛ ਸਾਰੀ ਹੋਈ ਤੁਹਾਨੂੰ ਮੈਂ ਦਿਖਾਉਂਦਾ ਫੋਨ ਦੇ ਵਿੱਚ ਸੁਨੀ ਦਾ ਫੋਨ ਆਉਂਦਾ ਜੀ ਕਰ ਲੈ ਗੱਲ ਕਰ ਦੇ ਲਿਸਬਨ ਸ਼ਹਿਰ 'ਚ ਹੋਈ ਇੱਥੇ ਹੋਈ ਅੱਛਾ ਇੱਥੇ ਜਿੱਥੇ ਖੜ੍ਹੇ ਆਪਾਂ ਅੱਛਾ ਇੱਥੇ ਖੜ੍ਹਾ ਬੈਕਗਰਾਊਂਡ ਜੀ ਜਿੱਥੇ
ਆਗ ਲਈਏ ਹੀ ਆ ਇੱਥੇ ਦੁਬਾਰਾ ਕਰੀ ਆ ਜਿੱਥੇ ਜੋ ਮੋਟਰਸਾਈਕਲ ਚਲਾਉਣ ਦਿਆ ਆ ਗਲੀ 'ਚ ਠੀਕ ਹੈ ਠੀਕ ਹੈ ਚਲੋ ਬਈ ਚਲੋ ਕਿਆ ਬਾਤ ਹੈ ਇਹ ਵੀ ਦੱਸਿਆ ਹੈ ਬਈ ਜਿਹੜੀ ਗਲੀ ਵੜ ਜਾਓ ਬਸ ਇਹਨਾਂ ਨੇ ਸੱਚਾਈ ਆ ਸਜਾਈ ਜਿਹੜੀ ਮਰਜ਼ੀ ਗਲੀ ਵੜ ਜਾਓ ਲੋਕ ਦਿਖਣਗੇ ਤੁਹਾਨੂੰ ਪਰ ਸਜਾਇਆ ਹੀ ਸਜਾਇਆ ਸਾਰੇ ਪਾਸੇ ਭਈ ਇਹ ਬ੍ਰਿਜ ਦਾ ਨਾਂ ਕੀ ਆ ਆਪਾਂ ਸਾਹਮਣੇ ਖੜੇ ਆ ਜੀ ਗੋਲਡਨ ਗੇਟ ਤੇ ਆਹ ਬ੍ਰਿਜ ਹੈਗਾ ਰਾਤ ਨੂੰ ਆਏ ਆ ਪਰ ਚਲੋ ਜਿਹੜਾ ਟਾਈਮ ਲੱਗੇ ਬੰਦੇ ਉਹੀ ਵਧੀਆ ਹੋਏ ਆਪਾਂ ਪਿੱਛੇ ਸਾਡੇ ਅਮੈਰੀਕਾ ਦੀ ਕਾਪੀ ਕੀਤੀ ਹੈ ਨਾ ਗੋਲਡਨ ਗੇਟ ਬ੍ਰਿਜ ਦੀ ਤੇ ਇੱਧਰ ਕ੍ਰਿਸਟੋ ਰਿਓ ਕਾਪੀ ਕੀ ਉਹਨਾਂ ਨੇ ਬਣਾਇਆ ਮੇਰੇ ਉਹਨਾਂ ਨੇ ਬਣਾਇਆ ਉਹਨਾਂ ਨੇ ਸਾਡਾ ਹੀ ਬਣਾਇਆ ਹੋਇਆ ਦੋਵੇਂ ਬ੍ਰਿਜ ਇੱਥੇ ਅਮਰੀਕਾ ਨੇ ਇਹ ਵੀ ਤੇ ਵਾਸਕੋ ਡੀ ਗਾਮਾ ਤਾਂ ਬਾਅਦ ਚ ਦਿਖਾਵਾਂਗੇ ਉਹ ਵੀ ਇਹਨਾਂ ਨੇ ਅਮਰੀਕਾ ਨੇ ਬਣਾਇਆ ਭਾਈ ਉਹਨਾਂ ਜਿਆਦਾ ਨਾਲ ਦੇ ਘੁੰਮਦੇ ਫਿਰਦੇ ਨੇ ਵੱਡੇ ਭਾਈ ਆਪਣੇ ਸਾਰਾ ਪਤਾ ਨਹੀਂ ਸੀ ਕਿਤੇ ਜਿਹੜੀ ਇਹ ਉਹਨੇ ਬਣਾਇਆ ਸਭ ਤੇ ਤੇ ਬਸ ਇੱਥੇ ਘੁੰਮ ਰਹੇ ਆ ਤੇ ਭਾਈ ਉਹਨੇ ਟਾਈਮ ਕੱਢ ਕੇ ਭਰਾਵਾਂ ਨੇ ਮੋਬਾਈਲ ਲਾਇਆ ਹਾਂ ਬਿਲਕੁਲ ਇਸ ਵੇਲੇ ਵੀ ਟਾਈਮ ਕੱਢ 11:30 ਹੁੰਦੇ ਰਾਤ ਦੇ ਹੋਰ ਚਲੋ ਆਪਾਂ ਘੁੰਮ ਲਈਏ ਤੇ ਆਹ ਕ੍ਰਿਸਮਸ ਟ੍ਰੀ ਇੱਥੇ ਲੱਗ ਗਏ ਇਹ ਜਿਹੜੇ ਬ੍ਰਿਜ ਦੀ ਆਪਾਂ ਗੱਲ ਕਰ ਰਹੇ ਸੀਗੇ ਇਹ ਤੁਹਾਨੂੰ ਹੁਣ ਜਿਹੜਾ ਡਰੋਨ ਸ਼ੋਟਸ 'ਚ ਦੇਖਣ ਨੂੰ ਮਿਲ ਰਿਹਾ ਇਹਦਾ ਨਾਂ ਹੈ ਜੀ ਪੋਂਟੇ 25 ਦੇ ਐਬਰਿਲ ਪੋਂਟੇ 25 ਦੇ ਐਬਰਿਲ ਮੈਂ ਪ੍ਰੋਨਾਊਂਸ ਸਹੀ ਨਹੀਂ ਕਰ ਰਿਹਾ ਹੋਊਂਗਾ ਉਹਦੇ ਲਈ ਮਾਫੀ ਪਰ ਇਹਦਾ ਨਾਮ ਇਹ ਆ ਇਹਨੂੰ ਅਸੀਂ ਗੋਲਡਨ ਗੇਟ ਬ੍ਰਿਜ ਕਹਿ ਦਿੱਤਾ ਕਿਉਂਕਿ ਬਿਲਕੁਲ ਐਗਜੈਕਟ ਕਾਪੀ ਹੈ ਇਹ US ਦੇ ਗੋਲਡਨ ਗੇਟ ਬ੍ਰਿਜ ਦੀ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਠੀਕ ਹੈ ਜੀ ਅਤੇ ਇੱਕ ਹੋਰ ਬ੍ਰਿਜ ਆ ਇੱਥੇ ਵਾਸਕੋ ਡਗਾਮਾ ਬ੍ਰਿਜ ਉਹਦੇ ਡਰੋਨ ਸ਼ੋਟਸ ਮੈਂ ਅੱਗੇ ਪਾ ਦਿੰਦਾ ਵਾ ਅਤੇ ਚਲੋ ਤੁਸੀਂ ਇੰਜੋਏ ਕਰੋ ਅਤੇ ਫਿਰ ਆਪਾਂ ਵਾਪਸ ਆਉਂਦੇ ਹਾਂ ਇਹਦੇ 'ਤੇ ਮਮਾ ਜੀ ਆਪਾਂ ਇਹ ਕਾਗਜ਼ ਦੀਆਂ ਨਹੀਂ ਬਣਾ ਕੇ ਰੱਖਦੇ ਹੁੰਦੇ ਸੀ ਇੱਧਰ ਸੋ ਇੱਥੇ ਯਾਟ ਵਗੈਰਾ ਰੈਂਟਿੰਗ ਵੀ ਚੱਲ ਰਹੀ ਹੈ ਬਾਈ ਮਤਲਬ
ਜਿੱਥੇ ਜਿੱਥੇ ਜਾਈ ਜਾਂਦੇ ਆ ਉੱਥੇ ਉੱਥੇ ਨਵੀਂ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਆ। ਮੈਂ ਇਹਨੂੰ ਕਹਿ ਦਿਆਂ ਸਾਬੀ ਨੂੰ ਕਿ ਮੈਂ ਪੈਰਿਸ ਦੇਖ ਲਿਆ, ਮੈਂ ਜਰਮਨੀ ਦੇਖ ਲਿਆ, ਪਰ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਲਿਸਬਨ ਹੀ ਆ। ਭਾਜੀ ਐਵੇਂ ਥੋੜ੍ਹਾ ਦੁਨੀਆ ਕਿੰਨੀ ਇੱਥੇ ਆਉਂਦੀ ਹੈ, ਪੂਰਾ ਵਰਲਡ ਘੁੰਮਣਾ। ਬਿਲਕੁਲ ਬਿਲਕੁਲ, ਹੁਣ ਮੈਨੂੰ ਸਮਝ ਆਉਂਦਾ ਕਿਉਂ ਆਉਂਦਾ। ਹਾਂਜੀ, ਆਪਣੇ ਗੋਲਡ ਕੋਸਟ ਕਿਉਂ ਮਸ਼ਹੂਰ ਆ? ਇਸੇ ਕਰਕੇ ਕਿਉਂਕਿ ਸਮੁੰਦਰ ਹੈਗਾ ਇੱਕ ਪਾਸੇ, ਦੂਜੇ ਪਾਸੇ ਮਾਰਕੀਟ ਆ। ਹਾਂ, 11:30 ਵਜ ਰਹੇ ਆ ਤੇ ਅੱਜ ਕਿਹੜੀ ਨਾਈਟ ਆ? ਅੱਜ ਸੈਟਰਡੇ ਨਾਈਟ, ਸੈਟਰਡੇ ਨਾਈਟ ਸਭ ਤੋਂ ਵਧੀਆ ਹੈ ਤੇ ਸਿਹਤ ਲੋਕੀ ਸਮਝਦੇ ਆਪਣੇ ਆਪ। ਹਾਂ, ਇਹਦੇ ਕਰਕੇ ਪਬਲਿਕ ਆਣਾ ਪਸੰਦ ਕਰਦੀ। ਬਿਲਕੁਲ, ਇਹ ਏਰੀਆ ਸਾਰਾ ਵਧੀਆ, ਕੋਈ ਪ੍ਰੋਬਲਮ ਨਹੀਂ ਕਿਵੇਂ ਕਿਵੇਂ ਤੁਹਾਡਾ ਤੁਹਾਨੂੰ ਕਿਵੇਂ ਨੂੰ ਕੋਈ ਪ੍ਰੋਬਲਮ ਨਹੀਂ। ਇਹਨਾਂ ਨੇ ਆਪਣਾ ਇੰਜੋਏ ਕਰਨਾ, ਤੁਸੀਂ ਆਪਣਾ ਕਰਨਾ। ਬਿਲਕੁਲ ਬਿਲਕੁਲ, ਇਹ ਤਾਂ ਸਾਬੀ ਸਗੋਂ ਮੈਨੂੰ ਡਰਾ ਦੇ ਸੀ। ਕਹਿੰਦਾ ਕਹਿੰਦਾ ਇੱਥੇ ਤਾਂ ਗੋਲੀ ਗੋਲੀ ਵੀ ਚੱਲ ਜਾਂਦੀ ਆ। ਗੋਲੀ ਜਦੋਂ ਚੱਲਣੀ ਹੈ ਉਦੋਂ ਉਹ ਕੁਝ ਹੋਰ ਏਰੀਏ ਨੇ। ਅੱਛਾ ਅੱਛਾ, ਉੱਥੇ ਤਕਰੀਬਨ ਇੰਨੀ ਨਹੀਂ, ਪਰ ਹੁਣ ਠੀਕ ਹੈ ਹੁਣ ਹਾਲਾਤ। ਤੂੰ ਪੁਰਾਣੇ ਟਾਈਮਾਂ ਦਾ ਗੱਲ ਕਰਦਾ ਬਾਈ। ਕਈ ਕੰਟਰੀਆਂ ਵਾਂਗ ਜਿਵੇਂ ਤੁਸੀਂ ਇੱਕੋ ਕਹਿੰਦੇ ਨਾ ਸਪੀਡ ਤੇ ਤੁਹਾਨੂੰ ਪੱਬ ਮਿਲ, ਸਾਰੇ ਜਗ੍ਹਾ ਚ ਹਰ ਗਲੀ ਚ ਤੁਹਾਨੂੰ ਕੋਈ ਨਾ ਕੋਈ ਬਾਰ ਪੱਬ। ਲੋਕਲ ਵੀ ਏਰੀਏ ਤੇ ਤੁਹਾਨੂੰ ਜਿਹੜੇ ਇਹਨਾਂ ਦੇ ਕੈਫੇਟੇਰੀਏ ਨੇ ਉਹ ਵੀ ਬਹੁਤ ਵਧੀਆ ਹੁੰਦੇ। ਲਾਈਨ ਚ ਲੱਗੇ ਨੇ ਸਭ, ਫਿਰ ਲਾਈਨ ਚ ਲੱਗ ਕੇ ਫੋਟੋਆਂ ਖਿਚਾ ਰਹੇ ਨੇ। ਸਾਰਾ ਏਰੀਆ ਬਹੁਤ ਸੋਹਣਾ। ਉਧਰ ਵੇਖੋ ਉਹ ਕ੍ਰਿਸਟੋ ਰਿਓ ਜਿਹੜਾ ਇਹਨਾਂ ਦਾ। ਹਾਂ, ਇਹ ਮੈਨੂੰ ਕਹਿੰਦੇ ਕੱਲ ਲੈ ਕੇ ਜਾਊਂਗਾ ਇੱਥੇ। ਆ ਇੱਥੇ ਇਹ ਸੇਮ ਇੱਕ ਬ੍ਰਾਜ਼ੀਲ ਚ ਵੀ ਹੈਗਾ ਨਾ ਬਤਾ, ਇਹ ਹੀ ਹੈ। ਹਾਂਜੀ, ਇੱਥੇ ਦੀ ਭਾਈ ਫੇਮਸ ਡਿਸ਼ ਕਿਹੜੀ ਹੈ ਜਿਹੜੀ ਪੁਰਚੁਗੀਜ਼ ਲੋਕ ਖਾਂਦੇ? ਪੁਰਚੁਗੀਜ਼ ਜਿਹੜੇ ਜ਼ਿਆਦਾਤਰ ਪਸੰਦ ਕਰਦੇ ਕਿ ਬਕਲਾਓ। ਬਕਲਾਓ, ਹਾਂ, ਇਹ ਚੀਜ਼ ਉਹਨੇ ਬੰਗਲਾਦੇਸ਼ੀ ਡਰਾਈਵਰ ਨੇ ਦੱਸੀ ਸੀ। ਇਹਨਾਂ ਦਾ ਇੱਕ ਬਕਲਾਓ ਮਸ਼ਹੂਰ ਹੈ, ਇੱਕ ਬਤਾਤੇ ਨਾਲ ਪੇਸ਼ੇ, ਤੇ ਇੱਕ ਜਿਹੜਾ ਇਹਨਾਂ ਦਾ ਨੋਰਮਲ ਹੈ ਉਹ ਆਪਣੇ ਹੁੰਦਾ ਬੀਫਾਨਾ। ਚੀਜ਼ ਤਾਂ ਮੈਂ ਕਹਿੰਦਾ ਸਾਰੇ ਯੂਰਪ ਚ ਹੀ ਬਹੁਤ ਪਸੰਦ ਕਰਦੇ ਨੇ। ਲਿਸਬਨ ਤੇ ਹੈ ਹੀ, ਹਾਂ, ਲਿਸਬਨ ਤੋਂ ਜੇ ਜ਼ਿਆਦਾ ਕੋਈ ਏਰੀਆ ਘੁੰਮਣਾ ਨਾ ਇਹਨਾਂ ਦਾ, ਤੇ ਉਹ ਉਧਰ ਹੈ ਅਲਗਾਰਵੇ। ਤੁਹਾਨੂੰ ਲੋਕਲ ਸਭ ਪਤਾ, ਉਧਰ ਵੀ ਟੂਰਿਸਟ ਬਹੁਤ ਜਾਂਦਾ। ਉਹ ਟੂਰਿਸਟ ਇਸ ਸਾਲ ਪਹਿਲੇ ਨੰਬਰ ਤੇ ਆਇਆ ਟੂਰਿਸਟ ਏਰੀਏ, ਟੂਰਿਸਟ। ਹਾਂਜੀ, ਉਹ ਆਪਣੇ ਜਿਹੜਾ ਏਰੀਆ ਨੂੰ ਪ੍ਰਮੋਟ ਬੜਾ ਕਰ ਰਹੇ ਆ ਟੂਰਿਸਟ ਵਾਸਤੇ। ਫਿਰ 7-8 ਮਹੀਨੇ ਟੂਰਿਸਟ ਰਹਿੰਦਾ ਉੱਥੇ।
ਪੁਰਤਗਾਲ ਦੀ ਦੇਖਦਾ ਸੀ ਟ੍ਰੇਨ ਵਗੈਰਾ ਕਿ ਯੂਰੋ ਪਾਸ ਵਗੈਰਾ ਤੇ ਕੋਈ ਸਿੱਧੀ ਆਉਂਦੀ ਨੀ ਜਾਂ ਆਉਂਦੀ ਬਾਇਆ ਮੈਡਰਿਡ ਵਗੈਰਾ ਘੁੰਮ ਕੇ ਸਪੇਨ ਘੁੰਮ ਕੇ ਇੰਨੀ ਦੂਰ ਤਾਂ ਹੈਗਾ ਇਹ ਤਾਂ ਦੋ ਦੋ ਦਿਨ ਲੱਗ ਜਾਂਦੇ ਟ੍ਰੇਨ ਤੇ ਤੇ ਮੈਂ ਤਾਂ ਹੀ ਪੁੱਛਦਾ ਸੀ ਮਾਮੇ ਨੂੰ ਕਿ ਇੰਨੀ ਛੇਤੀ ਕਿੱਦਾਂ ਆ ਗਏ ਤੁਸੀਂ ਟ੍ਰੇਨ ਵੀ ਥੱਲੇ ਇੱਥੇ ਫਿਰ ਵਾਟਰ ਐਕਟੀਵਿਟੀਜ਼ ਵਗੈਰਾ ਜਿੱਦਾਂ ਜੈਟ ਸਕੀ ਵਗੈਰਾ ਇਹ ਵੀ ਕਰਾਉਂਦੇ ਹੋਣਗੇ ਹਰ ਇੱਕ ਚੀਜ਼ ਹੁੰਦੀ ਆ ਜਦੋਂ 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 ਇਹਨਾਂ ਦੀਆਂ ਕਾਫੀ ਗੇਮਾਂ ਭਾਜੀ ਇਹ ਕਰਦੇ ਕਿਉਂਕਿ ਅਸੀਂ ਹੁਣ ਤੁਹਾਨੂੰ ਕਹੀਏ ਤੇ ਅਸੀਂ ਤੇ ਆਪਣੇ ਕੰਮਾਂ ਚ ਮਸਤ ਹੁੰਦੇ ਹਾਂ ਬਿਲਕੁਲ ਬਿਲਕੁਲ ਇਹਨਾਂ ਨੂੰ ਉਹ ਚੀਜ਼ ਤੋਂ ਵੇਲ ਹੀ ਨੀ ਮਿਲਦਾ ਨਹੀਂ ਆ ਹੁਣ ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਇਹ ਹੁਣ ਸਾਬੀ ਨੂੰ ਨੀ ਪਤਾ ਜੇ ਪਤਾ ਵੀ ਇਹਨੇ ਧਿਆਨ ਨੀ ਦਿੱਤਾ ਦੱਸਣ ਉਹ ਹੁਣ ਅੱਗੇ ਜਾਈਏ ਕਿ ਸ਼ਹਿਰ ਖੇਡ ਗਿਆ ਥੋੜਾ ਜਿਹਾ ਹੋਰ ਸਾਫ ਬਹੁਤ ਸੋਹਣਾ ਏਰੀਆ ਵੇਖਣ ਨੂੰ ਬਹੁਤ ਬਹੁਤ ਜਿਹੜਾ ਕਹਿੰਦਾ ਸੋਹਣਾ ਉੱਥੇ ਉੱਥੇ ਜਦੋਂ ਏਅਰ ਸ਼ੋਅ ਵੀ ਕਰਦੇ ਆਪਣੇ ਛੋਟੇ ਜਹਾਜ਼ ਜਿਹੜੇ ਇਹਨਾਂ ਦੇ ਵਨ ਫੈਨ ਵਾਲੇ ਫੇਮ ਜਿਹੜੇ ਹੁੰਦੇ ਆ ਉਹਦੇ ਨਾਲ ਉੱਥੇ ਏਅਰ ਸ਼ੋਅ ਵੀ ਕਰਦੇ ਸਮੁੰਦਰ ਤੇ ਕਰਦੇ ਇੱਥੇ ਵੀ ਹੋਇਆ ਸੀਗਾ ਲਾਸਟ ਸਾਲ ਪਿਛਲੇ ਸਾਲ ਇੱਥੇ ਵੀ ਹੋਇਆ ਸੀ ਹਾਂ ਠੀਕ ਆ ਉਹ ਜਿਹੜਾ ਛੋਟੇ ਜਹਾਜ਼ਾਂ ਦਾ ਉਹ ਕਰਦੇ ਆਪਣਾ ਕੰਪੀਟੀਸ਼ਨ ਕਰਦੇ ਆ ਜਿੱਦਾਂ ਪੈਰਿਸ ਵੀ ਹੁੰਦਾ ਇੱਕ ਪੈਰਿਸ ਤਾਂ ਮੈਂ ਦੇਖੀ ਉਹ ਵੀਡੀਓਜ਼ ਵਗੈਰਾ ਉਹਦੀਆਂ ਛੋਟਾ ਹੈ ਬਹੁਤ ਉਹਨਾਂ ਦਾ ਲੱਗਦਾ ਹੈ ਨਾ ਈਵਨ ਕਿ ਯਾਰ ਉਹ ਉੱਥੇ ਉਹ ਜਿਹੜਾ ਕਿਹੜਾ ਗੇਟ ਜਿਹੜਾ ਉਹਦਾ ਨਾਂ ਕੀ ਸੀਗਾ ਤੁਸੀਂ ਦੱਸ ਹਾਂ ਉਹਦੇ ਉੱਤੋਂ ਤੁਸੀਂ ਲੰਘਾਉਂਦੇ ਨੇ ਉਹ ਬਹੁਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਜੀ ਦੇਸੀ ਵਲੌਗਸ ਮੈਂ ਤੁਹਾਡਾ ਦੋਸਤ ਹੈਪੀ ਅਤੇ ਅੱਜ ਹੈਗੇ ਜੀ ਅਸੀਂ ਲਿਸਬਨ 'ਚ ਨਾਲ ਮੇਰੇ ਮਾਮਾ ਜੀ ਅਤੇ ਠੰਡ ਹੈਗੀ ਸਵੇਰੇ ਸਵੇਰੇ ਥੋੜ੍ਹੀ ਥੋੜ੍ਹੀ ਆਹ ਸਭ ਹੀ ਖੜ੍ਹਾ ਇਹ ਕਰਾ ਰਿਹਾ ਉਬਰ ਉਬਰ ਨਹੀਂ ਬੁਲਟ ਅਤੇ ਆ ਗਈ ਹੈ ਮੋਲ ਜਿਹੜਾ ਗੁੱਡ ਮਾਰਨਿੰਗ ਨੂੰ ਕੀ ਕਹਿੰਦੇ ਪੁਰਤੇ ਬੂੰਦੀਆ ਆ ਦੇਖੋ ਜੀ ਮਿਲ ਗਿਆ ਜੀ ਕਿਵੇਂ ਆ ਇਹ ਮੇਰੇ ਨਾਲ ਲੰਬਾ ਹੋ ਗਿਆ
ਤੂੰ ਫੇਰ ਹਾਈਟ ਕੱਢ ਲਈ ਹੋਰ ਹਾਈਟ ਕੱਢ ਲਈ ਬਸ ਐ ਹੀ ਆ ਜਵਾਨ ਆ ਲੱਗ ਗਿਆ ਹੌਲੀ ਹੌਲੀ ਜਵਾਨ ਆ ਆ ਜਾ ਹੋਰ ਬਸ ਹੋਈ ਹੈ ਇਹ ਮੇਰੇ ਮਾਸੀ ਦਾ ਮੁੰਡਾ ਆ ਸਾਰੇ ਇਕੱਠੇ ਕਰ ਲਏ ਮੈਂ ਦੇਖ ਲਓ ਇਹ ਆਪ ਤਾਂ ਇਕੱਠੇ ਹੁੰਦੇ ਨਹੀਂ ਤੈਨੂੰ ਕਦੀ ਮੈਂ ਆਇਆ ਨਹੀਂ ਸੀ ਉਦਾਂ 3-4 ਸਾਲ ਹੋ ਗਏ ਮੈਂ ਪਹਿਲੀ ਵਾਰ ਆਇਆ ਲਿਸਬਨ ਇਹ ਹੈ ਜੀ ਸਾਰਾ ਇੱਥੇ ਫਲਿਕਸ ਬੱਸਾਂ ਇਹ ਉਹ ਸਾਰਾ ਬੱਸ ਸਟਾਪ ਹੈ ਪ੍ਰੋਪਰ ਇਹ ਕੀ ਨਾਮ ਬੱਸ ਦਾ ਓਏ ਬੱਸ ਸਟਾਪ ਇਹ ਓਰੀਐਂਟ ਓਰੀਐਂਟ ਬੱਸ ਸਟਾਪ ਇੱਥੇ ਸਾਰੇ ਤੱਪਾ ਹੋਣਗੇ ਨਾ ਬੱਸਾਂ ਸਾਰੇ ਬੱਸ ਹੁੰਦੀਆਂ ਮਤਲਬ ਫਰਾਂਸ ਤੋਂ ਆਉਂਦੀਆਂ ਸਪੇਨ ਤੋਂ ਆਉਂਦੀਆਂ ਆਪਣਾ ਪੁਰਤਗਾਲ ਦੇ ਲਾ ਜਿੱਦਾਂ ਫੋਟੋ ਤੋਂ ਆਇਆ ਸਾ ਆਪਣਾ ਸਣੀ ਫੋਟੋ ਤੋਂ ਆਇਆ ਵਾ ਤੇ ਇਹ ਉੱਥੋਂ ਆਉਂਦੀਆਂ ਸਾਰਾ ਬੱਸ ਸਟਾਪ ਵੱਡਾ ਵਾ ਇੱਥੇ ਆਉਂਦੇ ਸਾਰੇ ਤਕਰੀਬਨ ਇਹ ਮੇਨ ਬੱਸ ਸਟਾਪ ਹਾਂ ਮੇਨ ਇੱਕ ਹੋਰ ਆ ਸੱਤੇ ਰੂਪ ਸਾਹਿਬ ਅੱਛਾ ਦੋ ਨੇ ਇਹ ਦੋ ਓਕੇ ਓਕੇ ਉਹ ਮੇਨ ਪੈ ਜਾਂਦਾ ਵੱਡਾ ਉੱਤੇ ਹੁੰਦੀਆਂ ਰਹਿੰਦੀਆਂ ਬੱਸਾਂ ਆਪਣੇ ਇੰਡੀਅਨ ਕਹਿੰਦਾ ਕਿ ਇੱਥੇ ਆਪਣੇ ਇੰਡੀਅਨ ਵਗੈਰਾ ਰਾਤ ਨੂੰ ਇੱਥੇ ਹੀ ਸੌਂਦੇ ਜਿਹਨਾਂ ਕੋਲ ਘਰ ਘੁਰ ਨਹੀਂ ਹੈਗੇ ਜਿਹੜੇ ਕੰਮ ਨਹੀਂ ਕਰਦੇ ਜਿਹੜਾ ਨਸ਼ਾ ਪਤਾ ਕਰਦੇ ਅੱਛਾ ਨਸ਼ੇ ਵਾਲੇ ਆ ਬਾਕੀ ਤਾਂ ਸਾਰੇ ਕੰਮ ਕਰਦੇ ਅੱਛਾ ਸਾਹਮਣੇ ਆਹੀ ਸ਼ੋਪਿੰਗ ਮੋਲ ਹੈ ਕੰਮ ਕਿੰਨੇ ਸ਼ੁਰੂ ਕਰਦਾ ਤੂੰ ਮੈਂ 7 ਵਜੇ ਉੱਪਰ 8 ਵਜੇ ਚਾਹੀਏ ਚਾਹ ਵਾਸਕੋਟ ਕੰਮ ਲਿਖਿਆ ਨਾ ਉਹ ਤਾਂ ਫਿਰ ਹੈ ਹੀ ਆ ਆ ਦੇ ਜਾ ਸਭ ਕੰਮ ਕਾਰ ਵਾਲੇ ਬੰਦੇ ਸਭ ਹੀ ਤੂੰ ਕਿੰਨੇ ਉੱਠਦਾ ਮੈਂ 7 ਵਜੇ ਉੱਠਦਾ ਸਭ ਸਭ ਕੰਮ ਵਾਲੇ ਬੰਦੇ ਨਹੀਂ ਮਿੰਟ ਬਾਈਕ ਖੜੀ ਹੈ ਨਿੰਜਾ ਲੈ ਮੁੱਕ ਗਿਆ ਤੇਰਾ ਰਾਹ ਓ ਥੱਲੇ ਦੇ ਦੋ ਕੋਈ ਸਭ ਤੈਨੂੰ ਇਹ ਲਿਖਿਆ ਵਾ ਇਹ ਮਾਝੀ ਉਹ ਦੋ ਨਤਾਲ ਇਹਦਾ ਮਤਲਬ ਕੀ ਹੈ ਸਾਬੀ ਉਹ ਨਹੀਂ ਉੱਪਰ ਜਿਹੜਾ ਲਿਖਿਆ ਤੈਨੂੰ ਵੀ ਤਾਂ ਆਉਂਦੀ ਹੋਣੀ ਪੁਰਚਗੀ ਸਾਰੀ ਹੈ ਦਿਖਾਈਏ ਲਿਸਬਨ ਦਾ ਮੋਲ ਜਿੱਦਾਂ ਮੈਂ ਜਰਮਨੀ ਦਾ ਇੱਕ ਮੋਲ ਦਿਖਾਇਆ ਤੁਹਾਨੂੰ ਧੱਕੇ ਨਾ ਵੜ ਗਿਆ ਸੀ ਗਲਤੀ ਨਾ ਉੱਥੇ ਤੇ ਪਰ ਇੱਥੇ ਤਾਂ ਚਲੋ ਪਤਾ ਵਾ ਉਹਦੇ ਸੈਮਸੋਨਾਈਟ ਦੇਖ ਗਿਆ ਸਾਬੀ ਪਟੈਚੀ ਲੈ ਜਾਣਾ ਸੀ ਤੂੰ ਲੈ ਵੀ ਲਵਾਈ ਲੈ ਵੀ ਬਈ ਨਹੀਂ ਨਹੀਂ ਉਹ ਆਪਾਂ ਦੇਖ ਲੈਂਦੇ ਉਹਦੇ 'ਚ ਬੈਚ ਆ ਜਾਣੀ ਸਮਾਨ 'ਚ ਨਹੀਂ ਆਇਆ ਤਾਂ ਫਿਰ ਕਰ ਲਵਾਂਗੇ ਜੁਗਾੜ ਕੋਈ